ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੇਸ਼ ਵਿਦੇਸ਼ ਵਿੱਚ ਬੈਠੀ ਸਿੱਖ ਸੰਗਤ, ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ 550 ਸਾਲਾ ਪੁਰਬ ਨੂੰ ਜਿਸ ਢੰਗ ਨਾਲ, ਜਿਸ ਉਤਸ਼ਾਹ ਨਾਲ ਮਨਾ ਰਹੀ ਹੈ, ਉਹ ਸੰਸਾਰ ਵਿੱਚ ਆਪਣੇ ਕਿਸਮ ਦਾ ਇੱਕ ਪਹਿਲਾ ਸਮਾਗਮ ਐਸਾ ਹੈ ਜੋ ਅੰਤਰਰਾਸ਼ਟਰੀ ਪੱਧਰ 'ਤੇ ਸਮੂਹ ਸਿੱਖ ਸੰਸਥਾਵਾਂ ਇਸ ਨੂੰ ਮਨਾ ਰਹੀਆਂ। ਗੁਰੂ ਨਾਨਕ ਪਾਤਸ਼ਾਹ ਦੀ ਬਾਣੀ ਦਾ ਸਿਧਾਂਤ ਅਸੀਂ ਵਾਰ ਵਾਰ ਵਰਣਨ ਕਰਦੇ ਹਾਂ, ਲੇਕਿਨ ਇੱਕ ਗੱਲ ਇਹ ਕਮਾਲ ਦੀ ਹੈ ਕਿ ਸਤਿਗੁਰਾਂ ਨੇ 4 ਉਦਾਸੀਆਂ ਕਰਨ ਤੋਂ ਬਾਅਦ ਕਰਤਾਰਪੁਰ ਦੀ ਧਰਤੀ 'ਤੇ ਭਾਗ ਲਾਏ, ਹੱਥੀਂ ਖੇਤੀ ਕੀਤੀ। ਉਸ ਸਮੇਂ ਸਾਹਿਬਾਂ ਨੂੰ ਇਬਾਦਤ ਕਰਨ ਲਈ ਲੋਕ ਸਾਰੇ ਹੀ ਗੁਰੂ ਅੰਗਦ ਦੇਵ ਜੀ ਮਹਾਰਾਜ ਦੇ ਪਾਸ ਜਾਂਦੇ ਸਨ। 5 ਪੈਸੇ ਨਰੇਲ ਪਾਤਸ਼ਾਹ ਨੇ ਅੱਗੇ ਰੱਖ ਕੇ ਆਪ ਪਰਿਕਰਮਾ ਕਰਕੇ ਇਹ ਸੇਵਾ ਜੋ ਸੀ ਭਾਈ ਲਹਿਣੇ ਨੂੰ ਦੇ ਕੇ ਗੁਰੂ ਅੰਗਦ ਦਾ ਨਾਮ ਉਹਨਾਂ ਨੇ ਦਿੱਤਾ। ਅੱਜ ਗੁਰੂ ਨਾਨਕ ਪਾਤਸ਼ਾਹ ਦੇ ਸਿਧਾਂਤਾਂ ਨੂੰ ਜਦੋਂ ਵੀ ਕੋਈ ਵਿਦਵਾਨ ਵਰਣਨ ਕਰਦਾ ਹੈ ਤਾਂ ਉਹਨਾਂ ਦੇ ਜੀਵਨ ਦੇ ਸੰਕਲਪ ਦੇ ਇੱਕ ਖੇਤਰ ਨੂੰ ਲੈ ਕੇ ਜਿਸ ਨਾਲ ਉਹ ਆਪ ਸੰਬੰਧਿਤ ਹੁੰਦਾ ਹੈ, ਉਸ ਬਾਰੇ ਹੀ ਇਹ ਵਿਚਾਰ ਅਕਸਰ ਕਰਦਾ ਦੇਖਿਆ ਹੈ। ਲੇਕਿਨ ਮਾਨਵਤਾ ਦੇ ਹਿੱਤ ਵਿੱਚ ਜੋ ਪਾਤਸ਼ਾਹ ਨੇ 2 ਪੱਖ ਦਾ ਜੀਵਨ, ਅਧਿਆਤਮਿਕ ਔਰ ਸੰਸਾਰਿਕ, ਪੇਸ਼ ਕੀਤਾ ਹੈ, ਅਮਲੀ ਤੌਰ 'ਤੇ ਸ਼ਾਇਦ ਹੀ ਉਸ ਦੀ ਉਦਾਹਰਣ ਸੰਸਾਰ ਵਿੱਚ ਕਿਧਰੇ ਹੋਰ ਮਿਲਦੀ ਹੋਵੇ। ਇਹ ਨਹੀਂ ਕਿ ਭਗਵੇਂ ਚੋਲੇ ਪਾ ਕੇ ਜਾਂ ਸਾਧੂ ਸੰਤ ਬਣ ਕੇ ਸੰਸਾਰ ਦੇ ਲੋਕਾਂ ਨੂੰ ਉਪਦੇਸ਼ ਦਿੰਦੇ ਦਿੰਦੇ ਇਹ ਸੰਸਾਰ ਤੋਂ ਤੁਰ ਗਏ, ਔਰ ਇਹ ਵੀ ਨਹੀਂ ਕਿ ਉਹਨਾਂ ਨੇ ਕੇਵਲ ਅਤੇ ਕੇਵਲ ਗ੍ਰਸਥੀ ਜੀਵਨ ਹੀ ਬਤੀਤ ਕੀਤਾ, ਬਲਕਿ ਉਹਨਾਂ ਨੇ ਸਮਤੋਲ ਰੱਖ ਕੇ ਜਿੱਥੇ ਨਾਮ ਜਪੋ, ਕਿਰਤ ਕਰੋ ਅਤੇ ਵੰਡ ਛਕੋ ਦਾ ਉਪਦੇਸ਼ ਦਿੱਤਾ, ਅਸਲ ਮਾਨਵਤਾ ਦਾ ਸਮੁੱਚਾ ਸਿਧਾਂਤ ਇਸ ਵਿੱਚ ਆਪਣੇ ਆਪ ਦਰਜ ਹੋ ਜਾਂਦਾ ਹੈ। ਕਰਤਾਰਪੁਰ ਦੀ ਧਰਤੀ 'ਤੇ ਖੇਤੀ ਕਰਨੀ ਇਸ ਗੱਲ ਦਾ ਪ੍ਰਤੀਕ ਹੈ ਕਿ ਕਿਰਤ ਕਰਕੇ ਖਾਣ ਨਾਲ ਹੀ ਇਹ ਸੰਸਾਰ ਵਿੱਚ ਆਧੁਨਿਕਤਾ, ਸੰਜੀਵਨੀ ਔਰ ਅਧਿਆਤਮਿਕ ਖੇਤਰ ਵਿੱਚ ਪ੍ਰਭੂ ਸੱਤਾ ਨੂੰ ਕਾਇਮ ਕੀਤਾ ਜਾ ਸਕਦਾ ਹੈ। ਕਿਉਂਕਿ ਜਦੋਂ ਅਸੀਂ ਮੰਗਵੀਂ ਰੋਟੀ 'ਤੇ ਕੋਈ ਵੀ ਸਾਧੂ ਸੰਤ ਟਿਕਿਆ ਰਹੇਗਾ, ਉਸ ਸਮੇਂ ਤੱਕ ਉਹ ਅਧਿਆਤਮਿਕ ਤੌਰ 'ਤੇ ਉਸ ਪੱਧਰ ਨੂੰ ਨਹੀਂ ਪਹੁੰਚ ਸਕਦਾ ਜਦੋਂ ਤੱਕ ਉਸ ਨੂੰ ਆਪਣੀ ਕਿਰਤ ਦਾ ਜਾਂ ਦਾਨੀਆਂ ਦਾ ਦਾਨ ਦੇਣ ਵਾਲੇ ਦਾ ਅਹਿਸਾਸ ਨਾ ਹੋਵੇ। ਸਾਹਿਬਾਂ ਨੇ ਆਪਣੇ ਜੀਵਨ ਵਿੱਚ ਪਰਿਵਾਰਵਾਦ ਨੂੰ ਕੋਈ ਬੜੋਤਰੀ ਨਹੀਂ ਦਿੱਤੀ। ਦੋਨਾਂ ਬੇਟਿਆਂ ਦਾ ਬਕਾਇਦਾ ਇਮਤਿਹਾਨ ਲਿਆ ਔਰ ਵੇਖਿਆ ਕਿ ਇੱਕ ਸੰਸਾਰ ਤੋਂ ਗ੍ਰਸਥੀ ਧੱਜ ਕੇ ਉਦਾਸੀ ਧਾਰਨ ਕਰ ਬੈਠਾ ਹੈ। ਪਾਤਸ਼ਾਹ ਨੇ ਕਿਹਾ, ਇਹ ਮੇਰਾ ਪੰਥ ਨਹੀਂ, ਮੇਰਾ ਪੰਥ ਤਾਂ ਸੰਸਾਰ ਵਿੱਚ ਗ੍ਰਸਥ ਧਰਮ ਧਾਰਨ ਕਰਕੇ ਉਸ ਅਧਿਆਤਮਿਕ ਇੱਕ ਓਂਕਾਰ ਦਾ ਉਪਦੇਸ਼ ਦੇਣਾ ਹੈ। ਇਸ ਲਈ ਪਾਤਸ਼ਾਹ ਨੇ ਉਸ ਨੂੰ ਵੀ ਪ੍ਰਵਾਨ ਨਹੀਂ ਕੀਤਾ। ਔਰ ਜੀਵਨ ਦੇ ਹਰ ਮਰਹਲ 'ਤੇ, ਜੀਵਨ ਦੇ ਹਰ ਖੇਤਰ 'ਤੇ ਉਹਨਾਂ ਨੇ ਜੋ ਆਵਾਜ਼ ਬੁਲੰਦ ਕੀਤੀ, ਚਾਹੇ ਉਹਨਾਂ ਨੇ ਜ਼ੁਲਮ ਹੁੰਦਾ ਵੇਖਿਆ ਅਤੇ ਲਲਕਾਰ ਕੇ ਇਹ ਗੱਲ ਕਹੀ, ਪਾਪ ਕੇ ਜੰਝ ਲੈ ਕਾਬਲ ਉਤਾਇਆ, ਜੋਰੀ ਮੰਗੇ ਦਾਨ ਵਿਹਲਾ ਲਓ, ਉਹਨਾਂ ਨੇ ਕੋਈ ਸਮੇਂ ਦੇ ਰਾਜੇ ਮਹਾਰਾਜੇ ਤੱਕ ਇਹ ਡਰ ਮਹਿਸੂਸ ਨਹੀਂ ਕੀਤਾ। ਮੈਨੂੰ ਇੱਕ ਜੈਨੀ ਦੀ ਬੜੀ ਖੂਬਸੂਰਤ ਤੱਥ ਮੇਰੇ ਦਿਮਾਗ ਵਿੱਚ ਆਏ ਹਨ, ਜੋ ਥੋੜ੍ਹੇ ਦਿਨ ਹੋਏ ਉਹਨਾਂ ਨੇ ਇੱਕ ਧਰਮ ਸੰਮੇਲਨ ਵਿੱਚ ਇਹ ਬਿਆਨ ਕੀਤਾ। ਇਹਦਾ ਪਿਛੋਕੜ ਹੈ, ਉਹਨਾਂ ਨੇ ਕਿਹਾ ਕਿ ਇੰਡੀਆ ਗੇਟ 'ਤੇ ਜੋ ਸ਼ਹੀਦਾਂ ਦੇ ਨਾਂ ਲੱਗੇ ਹਨ ਉਹਦੇ ਵਿੱਚ 75 ਸਿੱਖ ਹਨ। ਦੂਸਰਾ ਉਹਨਾਂ ਨੇ ਕਿਹਾ ਕਿ ਸਾਰੇ ਸੰਸਾਰ ਵਿੱਚ ਜਦੋਂ ਤੁਸੀਂ ਮੌਤ ਦਾ ਸਰਵੇ ਕਰੋਗੇ ਕਿ ਤੁਸੀਂ ਮੌਤ ਤੋਂ ਕਿੰਨਾ ਕੁ ਡਰਦੇ ਹੋ, ਅਤੇ ਜੇ 100 ਵਿੱਚੋਂ  95 ਲੋਕ ਇਹ ਗੱਲ ਕਹਿਣਗੇ ਕਿ ਅਸੀਂ ਮੌਤ ਤੋਂ ਡਰਦੇ ਹਾਂ ਅਤੇ 5 ਕਹਿਣਗੇ ਨਹੀਂ ਡਰਦੇ, ਤਾਂ ਯਕੀਨਨ ਹੀ ਉਹ ਕੋਈ ਸਿੱਖ, ਕੋਈ ਸਰਦਾਰ ਹੋਏਗਾ। ਜੈਨੀ ਨੇ ਇਹ ਗੱਲ ਬੜੇ ਧੜੱਲੇ ਨਾਲ ਕਹੀ ਕਿ ਇਹ ਸਾਰਾ ਕੁਝ ਗੁਰੂ ਨਾਨਕ ਦੀ ਬਾਣੀ ਦਾ ਹੈ, ਜੋ ਦੀ ਜਾਗਦੀ ਅੱਖਾਂ ਖੁੱਲ੍ਹਣ ਵਾਲੀ ਬਾਣੀ, ਦਿਲ ਖੁੱਲ੍ਹਣ ਵਾਲੀ, ਇਹ ਕੇਵਲ ਅਤੇ ਕੇਵਲ ਜੇ ਹੈ ਸੰਸਾਰ ਵਿੱਚ ਇਹ ਗੁਰੂ ਗ੍ਰੰਥ ਸਾਹਿਬ ਹੀ ਹੈ। ਸਿੱਖਾਂ ਲਈ ਇਸ ਤੋਂ ਵੱਧ ਮਾਣ ਵਾਲੀ ਗੱਲ ਕੀ ਹੋ ਸਕਦੀ ਹੈ ਕਿ ਜੀਵਨ ਦੇ ਸਿਧਾਂਤ 'ਤੇ ਅਮਲੀ ਰੂਪ ਵਿੱਚ ਜਦੋਂ ਇਹ ਪ੍ਰਗਟਾਵਾ ਕਰ ਦਿੱਤਾ ਗਿਆ
कि सिखी आदर्श ये हैं भाई, क्यों सिद्धांतों नूं कर्मां नूं कांडां नूं नहीं मनना। तिलक जंजू उन्होंने निंदा नहीं की थी, उन्हें कहा पाओ तिलक जंजू, लेकिन किहड़ा पाओ, दया कपा संतोख सूत जत गंढी सत वट, ए जनेऊ जी का है ता पांडे कत, ना ए टुटे ना मल लगे ना ए जले ना जाए। ओ जंजू पाओ जिहड़ा जंजू ताड़े शरीर दे अंदर दी आत्मा नूं सुधार सके। गुरु ग्रंथ साहिब महाराज की पावन बाणी हर धर्म नूं अपने इस अनुसार मनन लई सद्दा भी दिंदी है। वेदा में नाम उत्तम सो सुने नाही फेरे ज्यों बेतालिया बाणी कहिंदी है। ये भी बाणी कहिंदी है जे तू ब्राह्मण है तो ब्रह्म बिन सकता है तां ही ब्राह्मण है। बेनवाजा कुत्ते आए ना भली रीत कभी चल ना आयो पंजे वक्त मसीत। गुरु नानक पातशाह दे धर्म दा लाया बूटा संसार दे वख वख धर्मां दे उत्ते अजिही शान कर गया जिहड़ा शायद संसार दा कोई धर्म नहीं कर सकता। मक्के अंदर गैर मुसलमान जा नहीं सकते, तिरुपती दे अंदर हिंदू तो बिना कोई जा नहीं सकता, हनुमान दे मंदरां च औरतां नहीं जा सकदियां। ये सारे हर्डल्स ये रोकां जे कैम कीतियां गई, अगर इन्हां नूं किसे ने टाया तो गुरु नानक पातशाह दे लाए हुए इस बूटे ने टाया। तो अमली रूप में साडा ये फर्ज बनता है कि गुरु नानक पातशाह की बाणी के आदेशों नूं मनीए, कर्मकांडां तों दूर रहीए, ये पखंड जो चले हन इन्हां ते काबू पाईए, सिखी दे जीवन नूं सिधांत बना के तुरीए, उस परमात्मा नाल इकमिक होण दी गल करके उस परमात्मा दे आदर्श जो बाणी विच दर्शाए गए हन ये अपनाइए, तां ही साडा ये 550 साल मनाया सफल है, सफल है, सफल है। वाहिगुरु जी का खालसा, वाहिगुरु जी की फतेह।